ਹੈਲੋ ਫਰੈਂਡਸ ਜੌਬ ਰੇਡ ਬਾਈ ਹਰਦੀਪ ਚਾਨ ਮੈਂ ਆਪ ਸਭੀ ਦਾ ਸਵਾਗਤ ਹੈ ਦੋਸਤੋ ਅੱਜ ਹੀ ਖੋਰ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕਾ ਜੀ ਵੀਡੀਓ ਚੰਗਾ ਲੱਗਿਆ ਲਾਈਕ ਜ਼ਰੂਰ ਕਰਿਓ ਦੋਸਤੋ ਲਾਈਕ ਕਰ ਦਿਆ ਕਰੋ ਜੀ ਮੈਨੂੰ ਮੋਟੀਵੇਸ਼ਨ ਮਿਲਦਾ ਜੀ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਜੇਕਰ ਦੋਸਤੋ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਸਰਕਾਰੀ ਨੌਕਰੀ ਦੀ ਜਾਣਕਾਰੀ ਜੋ ਪੰਜਾਬ ਸਟੇਟ ਵਿੱਚ ਆਉਣ ਵਾਲੀ ਹੈ ਸਭ ਤੋਂ ਪਹਿਲਾਂ ਪਾਉਣ ਲਈ ਚਲੋ ਦੋਸਤੋ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ 'ਚ ਦੇ ਦਮਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਇਹਨੂੰ ਪੜ੍ਹ ਲੈਣਾ ਜੀ ਪੜ੍ਹਨ ਤੋਂ ਬਾਅਦ ਤੁਸੀਂ ਫਿਲਪ ਕਰਕੇ ਆਪਣੇ ਡਾਕੂਮੈਂਟਸ ਇਹਦੇ ਨਾਲ ਅਟੈਚ ਕਰਕੇ ਭੇਜ ਦੇਣੇ ਨੇ ਜੀ ਫਿਲਪ ਕਰਨਾ ਜੀ ਨਾਮ ਲਿਖਣਾ ਹੈ ਡੇਟ ਆਫ ਬਰਥ ਈਮੇਲ ਆਈਡੀ ਮੋਬਾਈਲ ਨੰਬਰ ਤੇ ਇੱਕ ਆਪਣੀ ਫੋਟੋਗ੍ਰਾਫਸ ਲਗਾ ਦੇਣੀ ਹੈ ਜੀ ਉਹਦੇ ਬਾਅਦ ਤੁਸੀਂ ਕੁਆਲੀਫਿਕੇਸ਼ਨ ਆਪਣੀ ਡਿਟੇਲ ਭਰਨੀ ਹੈ ਜੀ ਕੁਆਲੀਫਿਕੇਸ਼ਨ ਦੀ ਉਹਦੇ ਬਾਅਦ ਤੁਸੀਂ ਆਪਣਾ ਐਕਸਪੀਰੀਅੰਸ ਜੇ ਤੁਹਾਡੇ ਕੋਲ ਉਹ ਤੁਸੀਂ ਇੱਥੇ ਫਿਲਪ ਕਰਨਾ ਜੀ। ਉਹ ਚੰਗੀ ਤਰ੍ਹਾਂ ਤੁਸੀਂ ਪੜ ਲਓ ਜੀ। ਲਾਸਟ ਵਿੱਚ ਜਾ ਕੇ ਤੁਸੀਂ ਆਪਣਾ ਇੱਥੇ ਪਲੇਸ ਔਰ ਡੇਟ ਔਰ ਇੱਥੇ ਤੁਸੀਂ ਸਿਗਨੇਚਰ ਕਰਕੇ ਭੇਜ ਦੇਣਾ ਜੀ। ਦੋਸਤੋ ਅਜਾ ਨੋਟੀਫਿਕੇਸ਼ਨ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਪੰਜਾਬ ਮੋਹਾਲੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਤਾ ਗਿਆ ਜੀ ਪੋਸਟਾਂ ਦੀ ਡਿਟੇਲ ਕੁਝ ਪ੍ਰਕਾਰ ਦੇ ਜੀ ਪੋਸਟਾਂ ਵਿੱਚ 4 ਟੈਕਨੋਲੋਜੀ ਐਕਸਪਰਟ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਕੰਟੈਕਟ ਬੇਸ ਤੇ ਪੋਸਟ ਹਨ ਜੀ 3 ਸਾਲ ਦੇ ਔਰ 3 ਸਾਲ ਲਈ ਐਕਸਪੈਂਡਡ ਕਰ ਦਿੱਤਾ ਜਾਵੇਗਾ ਟੋਟਲ 6 ਸਾਲ ਲਈ ਜੀ ਜਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਜੀ ਨੋਟੀਫਿਕੇਸ਼ਨ ਪਲੱਸ ਐਪਲੀਕੇਸ਼ਨ ਫਾਰਮ ਇਹਨਾਂ ਦੀ ਆਫੀਸ਼ੀਅਲੀ ਵੈਬਸਾਈਟ ਤੇ ਅਪਲੋਡ ਹੈ ਉਤੋਂ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਨਹੀਂ ਤਾਂ ਉਹਦਾ ਲਿੰਕ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਉਤੋਂ ਵੀ ਤੁਸੀਂ ਡਾਊਨਲੋਡ ਕਰਕੇ ਉਹਨੂੰ ਚੰਗੀ ਤਰ੍ਹਾਂ ਇੱਕ ਵਾਰ ਪੜ੍ਹ ਸਕਦੇ ਹੋ ਜੀ ਦੋਸਤੋ ਅਪਲਾਈ ਕਿਵੇਂ ਕਰਨਾ ਜੀ ਕ੍ਰੀਏਟ ਅ ਸਿਮਿਲਰ ਐਮ ਐਸ ਵਰਡ ਟੈਂਪਲੇਟ ਟੂ ਫਿਲ ਇਨ ਹਿਸ ਇਨਫ ਡਿਜੀਟਲੀ ਪ੍ਰਿੰਟਡ ਸਿਗਨੇਚਰ ਐਂਡ ਸਕੈਨਡ ਕਾਪੀ ਸੈਂਡ ਕਰ ਦੇਣੀ ਹੈ ਤੁਸੀ ਪੀਡੀਐਫ ਫਾਰਮੈਟ ਵਿੱਚ ਜੋ ਇਹਨਾਂ ਨੇ ਈਮੇਲ ਆਈਡੀ ਮੈਂਸ਼ਨ ਕੀਤੀ ਹੈ ਇਸ ਈਮੇਲ ਆਈਡੀ ਤੇ ਤੁਸੀ ਮੇਲ ਕਰ ਦੇਣੀ ਹੈ ਜੀ ਔਰ ਲਾਸਟ ਡੇਟ ਹੈ ਜੀ 1 ਮਈ 2020 ਸਾਮ 5 ਵਜੇ ਤੱਕ ਤੁਸੀ ਭੇਜ ਸਕਦੇ ਹੋ ਇਹ ਐਪਲੀਕੇਸ਼ਨ ਤੁਸੀ ਡਾਕ ਦਵਾਰਾ ਨਹੀਂ ਭੇਜਣੀ ਨਹੀਂ ਤਾਂ ਰਿਜੈਕਟ ਕਰਤੀ ਜਾਵੇਗੀ ਦੋਸਤੋ ਇਹਨਾਂ ਪੋਸਟ ਨਾਲ ਜੀ ਕੁਆਲੀਫਿਕੇਸ਼ਨ ਰੱਖੀ ਗਈ ਹੈ ਜੀ ਪੋਸਟ ਹੈ ਜੀ ਟੈਕਨੋਲੋਜੀ ਐਕਸਪਰਟ ਦੀ ਕੁਆਲੀਫਿਕੇਸ਼ਨ ਹੈ ਜੀ professionals विद मिडिल लेवल एक्सपीरियंस संबंधित सेक्टर फंक्शन एजुकेशन ग्रेजुएट पोस्ट ग्रेजुएट इन द रिक्वायर्ड डिसिप्लिन विच ਤੁਸੀਂ ਕੰਪਲੀਟ ਕੀਤੀ ਹੈ ਪੋਸਟਾ ਨੇ ਜੀ 4 ਸੈਲੀ ਦਿੱਤੀ ਜਾਵੇਗੀ 75000 ਤੋਂ ਲੈ ਕੇ 1.5 ਲੱਖ ਰੁਪਿਆ ਪਰ ਮੰਥ ਸਿਲੇਕਸ਼ਨ ਕਿਵੇਂ ਹੋਵੇਗਾ ਜੀ ਇੰਟਰਵਿਊ ਦੇ ਬੇਸ ਤੇ ਤੁਹਾਡਾ ਸਿਲੇਕਸ਼ਨ ਹੋਵੇਗਾ ਸਿੱਧੀ ਭਰਤੀ ਹੈ ਦੋਸਤੋ ਇੰਟਰਵਿਊ ਹੋਵੇਗਾ ਸਿੱਧਾ ਜੋ ਸ਼ਾਰਟ ਲਿਸਟ ਕੈਂਡੀਡੇਟਸ ਹੋਣਗੇ ਜੀ ਉਹਨਾਂ ਨੂੰ ਇੰਟਰਵਿਊ ਵਾਸਤੇ ਕਾਲ ਇਹ ਈਮੇਲ ਦੁਆਰਾ ਸੂਚਿਤ ਕਰ ਦਿੱਤਾ ਜਾਵੇਗਾ ਦੋਸਤੋ ਉਮੀਦ ਕਰਦਾ ਹਾਂ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਇੱਕ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ